ਹਾਂਜੀ ਦੋਸਤੋ, ਸਤਿ ਸ੍ਰੀ ਅਕਾਲ ਸਾਰੇ ਕਿਸਾਨ ਫਾਰਮਰ ਵੀਰਾਂ ਨੂੰ। ਸੋ ਦੋਸਤੋ, ਅੱਜ ਖੜੇ ਹਾਂ ਪਿੰਡ ਕਮਾਲਪੁਰ, ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਲੱਗਦਾ, ਵੀਰ ਆਜ਼ਾਦ ਕੋਲ ਆਏ ਹਾਂ। ਦੋਸਤੋ, ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ, ਇਸ ਘਰੋਂ ਆਪਾਂ ਪਹਿਲਾਂ ਵੀ ਕਾਫੀ ਵੀਡੀਓ ਪਾਈਆਂ ਨੇ, ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ। ਅੱਜ ਵੀਰ ਆਜ਼ਾਦ ਕੋਲ ਟੋਟਲ ਪਸ਼ੂ, ਜੇਕਰ ਦੋਸਤੋ ਗੱਲ ਕਰੀਏ ਤੇ 5 ਤੋਂ 6 ਨਾਗ ਹੈਗੇ ਆ, ਜਿਨ੍ਹਾਂ 'ਚੋਂ ਤੁਹਾਨੂੰ ਬਿਲਕੁਲ ਸੱਜਰ ਸੂਈ ਵੈੜ ਵੀ ਮਿਲ ਜੂਗੀ ਤੇ ਗੱਬਣ ਵੈੜ ਵੀ ਮਿਲ ਜੂਗੀ, ਠੀਕ ਹੈ ਜੀ। ਕੁਝ ਇੱਧਰ ਤੁਹਾਨੂੰ ਜਿਹੜੀਆਂ ਇੱਧਰ ਇੱਕ ਸਾਈਡ ਤੇ ਵੇਖੋ ਦੋਸਤੋ, ਕੱਟੀ ਕੁੱਟੀ ਆ, ਇਹ ਵੀ ਔਂਸਰ ਕੱਟੀ ਆ, ਇੱਕ ਦੋਂਦੀ ਔਂਸਰ ਜਿਹੜੀ ਇਹ ਵੈੜ ਤੁਹਾਨੂੰ ਮਿਲ ਜੂਗੀ। AI ਹੋਈ ਆ, ਬਾਕੀ ਪੂਰੀ ਗੱਲਬਾਤ ਆਪਾਂ ਵੀਰ ਯਾਦ ਦੇ ਨਾਲ ਕਰਾਂਗੇ ਤੇ ਆਓ ਕਰਦੇ ਹਾਂ ਗੱਲਬਾਤ। ਸਭ ਤੋਂ ਪਹਿਲਾਂ ਯਾਦ ਵੀਰੇ, ਸਤਿ ਸ੍ਰੀ ਸਤਿ ਸ੍ਰੀ ਅਕਾਲ, ਵੀਰ ਜੀ। ਹੋਰ ਤੁਸੀਂ ਠੀਕ ਠਾਕ ਸੁਣਾਓ? ਭਾਜੀ, ਬਸ ਵਧੀਆ ਵੀਰ ਜੀ, ਤੁਸੀਂ? ਅੱਛਾ, ਯਾਦ ਅੱਜ ਆਪਣੇ ਕੋਲ ਟੋਟਲ ਨਗ ਹੈਗੇ 6? ਆਪਣੀ 5 ਆ ਵੀਰ ਜੀ। 5 ਨੇ, ਹਾਂਜੀ ਠੀਕ ਆ ਜੀ। ਤੇ ਆ ਆਪਣੇ ਕੋਲ ਔਂਸਰ ਆ ਗਈ ਘਟੀ। ਇਹ ਮਤਲਬ ਔਂਸਰ ਘਟੀ ਮੂੰਹ ਤੋਂ 2 ਦੰਦ ਆ, ਉਹ ਅੱਛਾ ਜੀ, ਬੱਚੀ ਵੀ ਜਰਸੀ ਪੰਜਾਬ ਵਾਲੀ, ਉਹ ਵੀ ਮੂੰਹ ਤੋਂ 2 ਦੰਦ, ਉਹਦੀ AI ਹੋਈ ਆ ਤੇ ਇਹ ਜੇ ਮਤਲਬ ਹੀਟ ਚ ਨਹੀਂ ਗਈ ਠੀਕ ਆ ਘਟੀ। ਜੀ। ਅੱਛਾ, ਆਜ਼ਾਦ ਆ ਤੋਕੜ ਇਹ ਗੱਬਣ, ਤੋਕੜ ਗੱਬਣ ਆ ਜੀ। ਠੀਕ ਆ, ਇਧਰੋਂ ਹਾਂਜੀ, ਆ ਜਿਹੜੀ ਇੱਕ ਇਹ ਗੱਬਣ ਵੀ ਵੀਰ ਤਿਆਰੀ ਜੀ ਵਾਲੀ ਆ। ਤਿਆਰੀ ਵਾਲੀ ਮੱਛੀ ਮੂੰਹ ਤੋਂ 2 ਦੰਦ, ਜਾਨ ਨਸਲ ਬੜੀ ਮੱਛੀ ਹੁੰਦੀ ਨੇ, 10-12 ਕੱਢਦੀ ਆ। ਠੀਕ ਆ ਜੀ। ਇੱਕ ਆ ਵੱਡੀ ਗਾ, ਮਤਲਬ ਆਪਣੇ ਸੂਈ ਆ 20-22 ਕਿਲੋ ਵਾਲੀ। ਲਓ ਵੀ ਇੱਕ ਦੋਸਤੋ, ਜਿਹੜੀ ਸੱਜਰ ਸੂਈ ਆ 20-22 ਕਿਲੋ ਤੇ ਚੱਲ ਰਹੀ ਆ, ਤਾਂ ਪੂਰੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ, ਠੀਕ ਆ ਜੀ। ਬਾਕੀ ਵੀਡੀਓ ਨੂੰ ਐਂਡ ਐਂਡ ਤੱਕ ਦੇਖ ਲਿਓ, ਠੀਕ ਆ ਜੀ। ਸਕਿਪ ਨਾ ਕਰਿਆ ਕਰੋ, ਵੀਡੀਓ ਨੂੰ ਫੁੱਲ ਦੇਖ ਲਿਆ ਕਰੋ, ਤਾਂ ਪੂਰੀ ਇਨਫੋਰਮੇਸ਼ਨ ਜਿਹੜੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਮਿਲ ਜੂਗੀ। ਆਓ ਕਰਦੇ ਹਾਂ ਸ਼ੁਰੂ। ਅੱਛਾ ਆਜ਼ਾਦ ਵੀਰੇ, ਜੇਕਰ ਆਪਾਂ ਸ਼ੁਰੂਆਤ ਇਸ ਪਹਿਲੇ ਨੰਬਰ ਵਾਲੀ ਵੈੜ ਤੋਂ ਕਰ ਲੈਂਦੇ ਹਾਂ। ਇਹ ਵੀਰ ਜੀ ਤੀਜਾ ਸੂਆ ਸੂਈ ਹੈ, ਸ਼ਾਹੀਵਾਲ ਤੇ ਜਰਸੀ ਦਾ ਕ੍ਰੋਸ ਜੇ, ਓਕੇ, ਪੂਰੀ ਵੱਡੇ ਕੱਦ ਕਾਠ ਵਾਲੀ ਆ, ਓਕੇ। ਇਹ ਕੱਲ ਸ਼ਾਮ ਦੀ ਸੂਈ ਜੀ, ਠੀਕ ਹੈ ਜੀ। ਇਸ ਟਾਈਮ ਤੋਂ ਮਤਲਬ 13-14 ਕਿਲੋ ਦੇ ਲੱਗਵੇ ਨੇ, ਬੋਲਾ ਹੋਊਗਾ, ਦੋ ਚਵਾਈਆਂ ਹੋਈਆਂ ਜੀ, ਮਤਲਬ 6-7 ਲੀਟਰ ਕੱਲ ਦੀ ਸੂਈ ਹੈ, 2 ਚਵਾਈਆਂ ਹੋ ਗਈਆਂ ਜੀ, 2 ਚਵਾਈਆਂ ਹੋਈਆਂ ਜੀ, 13-14 ਕਿਲੋ ਬੋਲਾ ਹੀ ਬੋਲਾ। ਹਾਂਜੀ 13, ਹਾਂਜੀ ਦੁੱਧ ਵੀਰ ਜੀ, ਮਤਲਬ 20 ਤੋਂ ਪਲੱਸ ਆਂਦੇ ਰਹੇ, ਆਪਾਂ 18 ਕਿਲੋ ਦੀ ਗਰੰਟੀ ਨਾਲ ਦੇ ਦਾਂਗੇ ਜਿਹੜੇ ਵੀਰ ਨੇ ਕਿਸੇ ਲੈਣੀ ਆ, ਠੀਕ ਹੈ ਜੀ। ਆ ਵੇਖੋ, ਲੇਵਾ ਲੂਆ ਬੜਾ ਥਾਂ ਥੁਣ, ਬੜਾ ਚਵਾਈ ਦੀ ਫਿਰ ਲੱਗਾ ਵੀ, ਅਡਰ ਉਡਰ ਦੀ ਕੁਆਲਿਟੀ ਬੜੀ ਚੰਗੀ ਸੋਣੀ ਹੈ। ਮੈਂ ਨਾ ਵੀਰ ਜੀ ਚੋਣ ਇੰਨੀ, ਮਤਲਬ ਗੱਲਾਂ ਹੀ ਛੱਡ ਦੋ, ਮੋਟਰ ਤੋਂ ਵੀ ਵੱਧ ਚਵਾਈ ਆ। ਹਾਂ, ਸੂਆ ਕਿੰਨਾ ਮਤਲਬ ਮੰਨ ਲਓ ਸੂਆ ਵੀਰ ਜੀ ਤੀਜਾ, ਤੀਜਾ ਸੂਆ ਹੋਊ, ਤੀਜਾ ਸੂਆ ਹਾਂਜੀ, ਮਗਰ ਵੱਛਾ ਦੱਸਿਆ ਮਗਰ ਵੀਰ ਜੀ ਵੱਛੀ ਆ, ਵੱਛੀ ਆ ਮਗਰ, ਅਸੀਂ ਚਾਹੁੰਦੇ ਨੇ ਪਰ ਆਪਾਂ 18 ਲੀਟਰ ਦੀ ਗਰੰਟੀ ਨਾਲ ਕਿਸੇ ਨੂੰ ਵੀ, ਜਿਹੜੇ ਵੀਰ ਨੇ ਲੈਣੀ 18 ਲੀਟਰ ਦੀ ਗਰੰਟੀ ਨਾਲ ਦੇ ਦਾਂਗੇ, ਆਪਾਂ ਕੋਈ ਸਾਈ ਪਾ ਦੇ, ਆਪਾਂ ਨੂੰ 2 ਟਾਈਮ ਵੀਡੀਓ ਕਾਲ ਤੇ ਹੋਣ, ਮਤਲਬ 13-14 ਲੀਟਰ, ਇਹ ਬੋਲਾ ਚੋ ਕੇ ਤਸੱਲੀ ਨਾਲ ਕੰਡੇ ਤੋੜ ਕੇ ਦਵਾਂਗੇ। ਸਹੀ ਆ, ਹਾਂਜੀ ਸਹੀ ਆ ਭਰਾ। ਤੇ ਬਾਕੀ 2 ਦਿਨ ਖੜ ਗਈ ਵੀਰ ਜੀ, ਮਤਲਬ 18 ਲੀਟਰ ਫਿਰ ਚਵਾ ਕੇ ਦਵਾਂਗੇ, ਜੇ ਕੋਈ ਵੀਰ 2 ਦਿਨ ਬਾਅਦ ਖੜਦਾ ਨਾ ਆਪਣੇ ਤੋਂ, ਮੰਨ ਲਓ ਅੱਜ ਸਾਈ ਬਿਆਨਾ ਕਰਕੇ, ਤੇ 18 ਲੀਟਰ ਫਿਰ ਚਵਾ ਕੇ ਦਵਾਂਗੇ। ਆ ਸਹੀ ਆ ਜੀ, ਹਾਂਜੀ ਬਿਲਕੁਲ। ਲਓ ਦੱਸੋ, ਜਿੰਨੀ ਵੀ ਹੁੰਦਾ ਘੱਟ ਤੋਂ ਘੱਟ ਮਿਨੀਮਮ ਜਿੰਨਾ ਵੀ ਆ, ਘੱਟ ਤੋਂ ਘੱਟ ਵੀਰ ਦੱਸ ਰਿਹਾ ਵੀ 18 ਲੀਟਰ ਇਹਨੂੰ ਚਵਾਉਣਾ ਚਾਹੀਦਾ। ਅੱਗੇ ਚੰਗੀ ਸੇਵਾ ਨਿਰਭਰ ਕਰਦੀ ਆ, ਮੌਸਮ ਥੋੜਾ ਫਰਕ ਆ ਰਿਹਾ, ਹਾਂਜੀ, ਤੇ ਕਰਮ ਵਾਲੀ ਜਿਹੜੀ ਦੋਸਤੋ ਹੋ ਸਕਦਾ ਵੀ 20 ਨੂੰ ਟੱਕਰ ਦੇ ਜੇ। ਬਾਕੀ ਵੀਰ ਜੀ ਢਾਂਚਾ ਵੱਡਾ, ਮੰਨ ਲਓ ਐਡੀ ਗਾਂ ਜੇ 18 ਕਿਲੋ ਨਾ ਦਿੱਤਾ ਤੇ ਫਿਰ ਦਗਾ ਕਿਹੜੀ ਨੇ ਦੇਣਾ। ਅੱਛਾ, ਗੱਲ ਇਹ ਆ ਆਪਣੇ ਯਾਦ ਵੀਰ, ਹਾਂਜੀ, ਚਾਰੇ ਥਣ ਚੋਣ ਚੱਲ ਕੇ ਮੈਂ ਨਾ ਵੀਰ ਜੀ ਚੋਣ ਮੋਟਰ ਤੋਂ ਵੀ ਵਾਧੇ ਕ ਹੁੰਦੀ ਨੇ, ਮੋਟਰ ਵੀ ਮੋਟਰ ਨੂੰ ਹੀ ਵਾਧੋ ਹੀ ਹੋਈ ਉਸੇ ਤਰ੍ਹਾਂ ਰਕਮ ਦਾ ਕੋਈ ਭੋਰ ਨਹੀਂ ਪਵਾ। ਨਾ ਨਾ ਵੀਰ ਜੀ, ਇੱਕ ਨੰਬਰ ਦੀ ਜਵਾਈ, ਉਹ ਵੀ ਤੁਹਾਨੂੰ ਧਾਰਾ ਮਾਰ ਕੇ ਦਿਖਾ ਦਾਂ, ਕੋਈ ਗੱਲਬਾਤ ਨਹੀਂ। ਔਰ ਦੂਜੇ ਅੱਛਾ ਬਾਈ, ਖੋਲ ਕੇ ਤੋੜ ਕੇ ਦਿਖਾਈਏ ਇਹਨੂੰ ਪਹਿਲਾਂ, ਇਹਨੂੰ ਖੋਲ ਲਾ। ਲਓ ਵੀ ਠੀਕ ਆ, ਥੋੜਾ ਜਿਹਾ ਕਿਤੇ ਨਾ ਕਿਤੇ ਤਾਜ਼ੀ ਸੂਈ ਹੈ, ਬੱਚਿਆਂ ਦਾ ਕਰਦਾ ਬੱਚਿਆਂ ਕਰਦੀ। ਬਾਕੀ ਵੀਰ ਜੀ ਰੋਜ਼ ਨਹੀਂ ਗੱਲ ਵੇਖੋ, ਮਾਰਦੀ ਸੀ ਜੇ ਉਦੋਂ ਪੈਣਾ ਇਹਨੇ। ਹਾਂ ਹਾਂ, ਨਹੀਂ ਨਹੀਂ ਮਾਰਨੋ ਕਿਹੜੇ, ਉਹ ਨਾ ਬੱਚਿਆਂ ਦਾ ਕਈ ਬੜਾ ਜ਼ਿਆਦੀਆਂ ਕਰਦੀਆਂ ਨੇ। ਬਾਕੀ ਵੇਖੋ ਢਾਂਚਾ ਢੂੰਚਾ ਬਹੁਤ ਰਾਜੀ ਰੂਜੀ ਪੂਰੀ, ਮਤਲਬ ਹੁਣ ਸੂਸ ਆ ਜਾਈ ਕੱਲ ਦੀ ਵੇਖੋ। ਕੱਦ ਵੀ ਜਿਹੜਾ ਦੋਸਤੋ ਵੱਡਾ ਹੈ, ਠੀਕ ਹੈ ਜੀ, ਕੱਦ ਵੀ ਪੂਰਾ ਵੱਡਾ ਹੈ, ਕੋਈ ਛੋਟੀ ਨਹੀਂ ਗੀ। ਇੱਕ ਸੂ ਚ ਆਉਣ ਕਰਕੇ ਪਸ਼ੂ ਇੱਕ ਵਾਰੀ ਤਹਿ ਜੀ ਲਾਉਂਦਾ ਹੀ ਲਾਉਂਦਾ ਹੈ, ਇਹ ਕੱਲ ਦੀ ਸੂਈ ਆ। ਸੋ ਆ ਬਿਲਕੁਲ ਜੀ, ਲਓ ਵੀ ਭਰਾਵੋ, ਠੀਕ ਆ। ਸੋ ਨੋ ਡਾਊਟ ਦੋਸਤੋ, ਥਣ ਥੂਣ ਵਾਲੇ ਪਾਸਿਓਂ ਪੂਰੀ ਖਬਰਦਾਰ ਆ, ਕਰਮ ਵਾਲੀ ਹਵਾਨੇ ਲੇਵੇ ਵਾਲੇ ਪਾਸਿਓਂ ਪੂਰੀ ਖਬਰਦਾਰ, ਤੇ ਹੁਣ ਬੌਲੇ ਤੇ ਚੱਲ ਰਹੀ ਆ, ਕੋਈ ਭਰਾ 2 ਟਾਈਮ ਚੋ ਕੇ ਤਸੱਲੀ ਕਰ ਸਕਦਾ, ਬੌਲੇ ਤੇ ਚੱਲ ਰਹੀ ਆ ਤੇ ਚੋਣ ਜਾਣ ਵੀ ਤੁਹਾਨੂੰ ਤਸੱਲੀ ਦੇਤੀ ਆ ਵੀ ਪੂਰੀ ਉੱਪਰ ਬੱਚਾ ਲਾ ਕੇ ਜਾਂਦੇ, ਤੁਹਾਨੂੰ ਦਿਖਾ ਦਿੰਦਾ ਧਾਰਾਂ ਮੋਟੀਆਂ ਧਾਰਾਂ ਹੋਣਗੀਆਂ। ਮੈਂ ਨਾ ਵੀ ਆਜ਼ਾਦ, ਹਾਂਜੀ,
ਜਿਹੜੇ ਭੈਣ ਭਰਾ ਤੇਰੇ ਨਾਲ ਜੁੜੇ ਹਾਂ। ਬਾਕੀ ਵੀਰ ਜੀ ਆਪਾਂ ਨਾ ਜੇ ਗਾਂ ਡੰਗਰ ਵਿੱਚ ਆਪਾਂ ਦੋ ਟਾਈਮ ਚਵਾ ਕੇ ਵੀਡੀਓ ਕਾਲ ਤੇ ਫੇਰ ਅਗਲੇ ਤੋਂ ਮੰਨ ਲਓ ਬਿਆਨਾ ਲਈਦਾ, ਪਹਿਲਾਂ ਸਾਈ ਤੇ ਗੱਲਬਾਤ ਕਰ ਲਈਦੀ ਆ। ਸਹੀ ਸਹੀ ਅਗਲੇ ਦੁੱਧ ਤੋਲ ਕੇ ਮਿਣ ਕੇ ਫਿਰ ਦੇਈਦਾ, ਉਦਾਂ ਨਹੀਂ ਡੰਗਰ ਕਿਨੂੰ ਭੇਜਿਆ ਅਜੇ ਤੱਕ। ਅੱਛਾ ਜਾ ਤਾਂ ਦੇ ਕਿੰਨੇ ਦੀ ਦੇਣੀ? ਹਾਂ ਨਾ ਇਹ ਵੀਰ ਜੀ ਮੰਨ ਲਓ ਗਾਂ ਤੇ ਵੇਖਦੀ 55,000 ਦੀ ਵੀ ਨਾ ਆਪਾਂ 55,000 ਨਾ 50 ਕਰਨਾ, 50 ਚ 2,000 ਰੁਪਇਆ ਛੱਡ ਦਾਂਗੇ, 48 ਦੇ ਦਾਂਗੇ, 48 4,000 ਛੱਡ ਦਾਂ, 47,000 ਦੀ ਦੇ ਦਾਂਗੇ। ਤੇ ਬਾਕੀ ਜਿਹੜੇ ਵੀਰ ਨੇ ਲੈਣੀ ਆਪਣੇ ਦੋ ਟਾਈਮ ਵੀਡੀਓ ਕਾਲ ਤੇ ਚਵਾਲੇ, ਆਪਾਂ ਕੋਈ ਧੜਕ ਨਹੀਂਗਾ। ਸਹੀ ਹੈ, ਸਾਈ ਪਾ ਕੇ ਆਪਣੇ ਦੋ ਟਾਈਮ ਲੀਟਰ ਨਾਲ ਦੁੱਧ ਬਣਾ ਲਏ ਆਪਣੇ ਤੋਂ, ਇੰਨੀ ਆਪਣੀ ਗਾਰੰਟੀ ਹੋਊਗੀ। ਬਿਲਕੁਲ ਹਾਂਜੀ। ਲਓ ਵੀ ਦੋਸਤੋ ਯੈਸ ਨੂੰ ਜਿਹੜੀ 48 ਦੀ 47 ਦੀ ਦੇ ਦਾਂਗੇ ਵੀਰ ਜੀ, 47 ਦੇ ਦਾਂ। ਲਓ ਵੀ 47 ਦੀ ਯੈਸ ਨੂੰ ਆ ਦੋਸਤੋ, ਚੰਗੀ ਆ ਵੱਡੇ ਕੱਦ ਬੁੱਤ ਵਿੱਚ ਆ। ਹਾਂਜੀ, ਥਣ ਥਣ ਬੜਾ ਸੋਹਣਾ ਮੱਝਾਂ ਦਾ ਥਣ ਲੱਗਾ ਕਰਮਾ ਬੈਠਦਾ ਵਾ ਕਿ ਪਿੱਠ ਪੁੜਾ ਬੜਾ ਵੇਖੋ। ਹਾਂ ਚੰਗੀ ਆ, ਓਵਰਆਲ ਜਿੰਨੀ ਆ ਦੋਸਤੋ ਸਾਰੀ ਚੰਗੀ। ਇਧਰਲੇ ਪਾਸੇ ਆਪਣੇ ਕੋਲ ਆ ਗਈ ਇੱਕ ਗੋਰੇ ਵੀਰ ਜੀ, ਮੰਨ ਲਓ ਪਹਿਲਣ ਵੈੜ ਆ, ਬੜੇ ਚੰਗੇ ਰਿਕਾਰਡ ਦੀ ਮਤਲਬ ਗਾਂ ਦੀ ਵੱਛੀ ਆ, ਮੂੰਹ ਤੋਂ ਦੋ ਦੰਦ ਆ ਤੇ ਬਾਕੀ ਉਹਦਾ ਸੀਲ ਠੰਡੀ ਆ, ਵੇਖੋ ਜੇ ਦਿਨ 10-12 ਖੜਦੀ ਆ। ਬਾਕੀ ਬਣੂ ਵੀਰ ਜੀ ਵੱਛੀ ਬੜੀ, ਬਾਕੀ ਜਾਨ ਨਸਲ ਬੜੀ ਚਮਕ ਚੁੰਕ ਬੜੀ ਵੈੜ ਨੂੰ। ਲਓ ਜੀ ਹਾਂਜੀ, ਰੰਗ ਰੂੰਗ ਬਹੁਤ ਸੋਹਣਾ। ਬਹੁਤ ਮੈਂ ਨਾ ਵੀਰ ਜੀ ਕਿਸੇ ਬੰਨੇ ਹੱਥ ਰੱਖਣ ਦਿੰਦੀ, ਵੇਖੋ ਚਮਕ ਕਿੰਨੀ ਵੈੜ ਨੂੰ, ਮੰਨ ਲਓ ਏਡੀ ਚਮਕ ਵਾਲੀ ਵੈੜ ਲੱਭਣੀ ਬੜੀ ਔਖੀ ਹੋ ਜਾਂਦੀ ਆ। ਬਿਲਕੁਲ, ਅਜੇ ਵੀ ਦਿਨ ਵੈਸੇ ਲੈ ਜੂ ਅਜੇ ਵੀਰ ਜੀ, ਨਹੀਂ 10,000 ਰਹਿੰਦੇ ਜੀ, 10 ਦਿਨ 10 ਦਿਨ ਰਹਿੰਦੇ, ਚੀਪ ਆਉਂਦੀ ਬਾਕੀ ਬਣੂ ਬਣੂ ਤੇ ਥੱਲੇ ਚੰਗੀ, ਮਤਲਬ ਲੜ ਲੁੜ ਬੜੇ ਵੈੜ ਨੂੰ। ਠੀਕ ਆ ਹਾਂਜੀ। ਆ ਦੋਸਤੋ ਇੱਕ ਵਾਰੀ ਥੋੜਾ ਤੁਹਾਨੂੰ ਨੇੜਿਓਂ ਦਿਖਾਉਣੇ ਆਪਾਂ, ਆ ਫੇਸ ਕੁਆਲਿਟੀ ਆ, ਸਿੰਗ ਬੇਸ਼ੱਕ ਹੈਗੇ ਆ, ਬੇਸਿਕਲੀ ਸਿੰਗਾਂ ਤੋਂ ਮਾਰ ਖਾਂਦੀ ਵੈੜ, ਜੇ ਕਿਤੇ ਪੋਡੀ ਹੁੰਦੀ ਜਿੰਨੀ ਦੀ ਮਰਜ਼ੀ ਵੇਚ ਜਾਂਦੇ। ਸਹੀ ਹੈ ਸਹੀ ਹੈ, ਤਾਂ ਮੂੰਹ ਮੱਥੇ ਤੇ ਬੜੀ ਸੋਹਣੀ। ਠੀਕ ਆ, ਤੇ ਬਾਕੀ ਸੋਹਣੀ ਬਾਡੀ ਸਟਰਕਚਰ ਆ, ਹੈ ਪੂਰੀ ਗੋਲ ਰਾਜੀ ਆ, ਤੇ ਕੱਦ ਵੀ ਜਿਹੜਾ ਦੋਸਤੋ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਵੀ ਤੁਸੀਂ ਹਾਈਟ ਮੰਨ ਸਕਦੇ ਜੇ, ਵਿਚਲਾ ਮੇਲ ਵੀ ਮੰਨ ਸਕਦੇ ਜੇ, ਇੱਕ ਵੱਡਾ ਜਾਂ ਛੋਟੇ ਦੇ ਵਿਚਲਾ ਮੇਲ ਹੁੰਦਾ, ਤੇ ਸੋਹਣੀ ਹਾਈਟ ਕੱਦ ਦੇ ਵਿੱਚ ਆ। 8 ਤੋਂ 10 ਕੁ ਦਿਨ ਹਜੇ ਪੈਂਡਿੰਗ ਆ, ਉਸ ਅਕੋਰਡਿੰਗ ਤੁਸੀਂ ਸੌਦਾ ਕਰ ਲਿਓ। ਬੱਚੀ ਪਹਿਲਾਂ ਸੋਹਣੀ ਆ, ਪਹਿਲਾਂ ਹੀ ਸੁਭਾ ਪਹਿਲਾਂ ਪਹਿਲਾਂ ਵੀਰ ਜੀ, ਮੂੰਹ ਤਾਂ ਦੋ ਦੰਦ, ਪਿਓਰ ਦੋ ਦੰਦ, ਪਿਓਰ ਦੋਂਦੀ ਆ, ਦੋ ਪਿਓਰ ਦੋਂਦੀ ਜਿਹੜਾ ਵੀਰ ਲਓ ਉਹਨੂੰ ਸੌਦਾ ਕਰਕੇ, ਮੰਨ ਲਓ ਆਪਾਂ ਦਿਖਾਓ। ਬਿਲਕੁਲ ਜੀ ਬਿਲਕੁਲ, ਬਾਕੀ ਇਦਾਂ ਥੱਲੇ ਬਹਿ ਜਾ, ਕੋਈ ਵੰਗਾ ਨਹੀਂ ਪਾਉਣਾ, ਤਿੱਪਾਂ ਲੱਗਾ ਹੀ ਦੇਖੋ। ਲਓ ਵੀ ਆ ਦੇਖੋ, ਕੋਈ ਲੱਤ ਛੱਡ ਨਹੀਂ ਕਰਦੀ, ਬਾਕੀ ਖੋਲੋ। ਸਭ ਤੋਂ ਸੋ ਇਹ ਦੋਂਦੀ ਬੱਚੀ ਆ, ਪੂਰੀ ਤਸੱਲੀ ਦੇ ਨਾਲ ਆਪਾਂ ਤੁਹਾਨੂੰ ਦਿਖਾ ਦਿੰਦੇ ਆ। ਸੋ ਜਿਹੜਾ ਕੋਈ ਮੇਰਾ ਵੀਰ ਖਰੀਦਣ ਲਈ ਆਊਗਾ, ਠੀਕ ਆ ਜੀ, ਆਪਦਾ ਮੂੰਹ ਪੱਟ ਕੇ ਤੁਸੀਂ ਤਸੱਲੀ ਕਰ ਸਕਦੇ ਜੇ। ਤਿੱਪਣ ਤੇ ਵੀ ਹਜੇ ਜਿਹੜਾ ਸ਼ਹਿਦ ਆਉਂਦਾ, ਠੀਕ ਹੈ, ਬੋਲਾ ਨਹੀਂ ਭੰਨਿਆ ਗਿਆ, ਸ਼ਹਿਦ ਆਉਂਦਾ ਤਿੱਪਣ ਤੇ। 8 ਤੋਂ 10 ਕੁ ਦਿਨ ਹਜੇ ਨੋਰਮਲੀ ਆਪਾਂ ਉਮੀਦ ਕਰਦੇ ਵੀ 8 ਤੋਂ 10 ਕੁ ਦਿਨ ਹਜੇ ਲੈ ਜਾਓ। ਆਹ ਕਰੋ ਚੈੱਕ ਜੀ, ਠੀਕ ਹੈ, ਤੋ ਲੇਪਟੀ ਕਾਫੀ ਸੋਹਣੀ ਬਣਾ ਕੇ ਤਿਆਰ ਕਰ ਰਹੀ ਆ, ਲਾਏ ਬਣਾਏ ਪਈ ਆ, ਤੇ 8-10 ਦਿਨਾਂ ਦੇ ਵਿੱਚ ਦੋਸਤੋ ਮੁਕੰਮਲ ਤੌਰ ਤੇ ਜਿਹੜੀ ਆ ਤਿਆਰੀ ਕਰੂਗੀ ਕਰਮਾਂ ਲਈ। ਬਹੁਤ ਸੋਹਣਾ ਥਣ ਕੱਢ ਕੇ ਸਾਹਮਣੇ ਪੇਸ਼ ਆਊਗਾ। ਬਾਕੀ ਬਣੂ ਬੜੀ ਖੁੱਲਣ ਡਈ ਆ, ਖੁੱਲਣ ਦੀ ਬਹੁਤ ਜ਼ਿਆਦਾ ਖੁੱਲੂ ਵੀਰ ਜਾ। ਬਾਕੀ ਇੱਕ ਵੀਰ ਜੀ, ਇੱਕ ਜਾਤ ਨਸਲ ਨੇ ਬੰਨਾ ਹਾਂਜੀ, ਬਿਲਕੁਲ ਜਾਤ ਨਸਲ ਨੇ ਬੰਨਾ ਦੋਗਲਾ ਡੰਗਰ, ਉਹ ਤਾਂ ਹੁੰਦਾ ਚੱਲ ਇੰਨਾ ਰੱਖ ਕੇ ਸੂਬਿਆ, ਪਤਾ ਨੀ ਬੰਨਾ ਕਿ ਨਹੀਂ ਬੰਨਾ। ਅੱਛਾ ਤੇ ਆਜ਼ਾਦ ਇਹਦਾ ਮੁੱਲ ਵੀਰੇ ਕਰਦੇ ਜੀ? ਮੁੱਲ ਦੇ ਦਾ ਮਤਲਬ ਜੇ ਸਿੰਘ ਨਾ ਹੁੰਦੇ ਫਿਰ ਤਾਂ ਮੈਂ 60,000 ਦੀ ਵੇਚ ਦਿੰਦੇ, ਹੁਣ 45,000 ਦੀ ਗਾਂ ਦੇ ਦਾਂਗੇ। 45 ਦੀ ਹਾਂਜੀ, 45 ਬਾਕੀ ਮੌਕੇ ਦੇ ਮਾਨਤਾਨ ਖੁੱਲਾ ਕਰ ਦਾਂਗੇ। ਠੀਕ ਆ, ਬਾਕੀ ਹੋਰ ਕਰਦੇ ਆ ਜੇ 2,000 ਦਾਂਗੇ, 43 ਦੇ ਦਾਂਗੇ। ਲੈ ਮੇਰੇ ਕਹਿਣ ਦੀ ਲੋੜ ਨਾ ਪਵੇ, ਮੈਂ ਐਵੇਂ ਕਹੀ ਮੈਂ ਯਾਰ 42 ਦੀ ਦੇ ਦਾਂਗੇ। ਜਾਓ ਵੀਰ ਜੀ 42 ਦੇ ਦਾਂਗੇ, ਬਾਕੀ ਵੀਰ ਜੀ ਇਦਾਂ ਦੀ ਕੋਈ ਵੱਛੀ 42 ਦੀ ਦਊਗਾ ਨਾ, ਪਰ ਆਪਾਂ 42 ਦੇ ਦਾਂਗੇ। ਬਿਲਕੁਲ ਬਿਲਕੁਲ ਹਾਂਜੀ, ਲਓ ਵੀ ਦੋਸਤੋ 42,000 ਦੀ ਸਾਂਭ ਸੰਭਾਲ ਦੇ ਮੋਲਾ ਕਰਮਾ। ਹਾਂਜੀ, ਬਾਕੀ ਛੋੜ ਛਾੜ ਵੀ ਕਰ ਦਾਂਗੇ ਖੁੱਲੀ, ਜਿੱਦਾਂ ਵੀ ਅਗਲਾ ਆਖੂਗਾ ਬਿਲਕੁਲ।
ਅੱਛਾ ਆਜ਼ਾਦ ਹੈ ਤੋਕੜ ਤੇ ਗੱਭਣਾ ਜੀ, ਇਹ ਵੀ ਤੋਕੜ ਗੱਭਣਾ ਮੰਨ ਲਓ 4.5 ਮਹੀਨੇ ਦੀ ਗੱਭਣਾ ਪਿਛਲੀ ਵੀਡੀਓ 'ਚ ਵੀ ਪਾਈ ਸੀ, ਹਾਂਜੀ ਦੁੱਧ ਦੇ ਥੱਲੇ 4 ਕਿਲੋ ਆ, ਠੀਕ ਆ, ਇਹ ਨਾ ਕਿ ਵੀਰ ਨੇ ਆਪਣੇ ਤੋਂ ਲਈ ਸੀ 17,000 ਦੀ, ਹੁਣ 1,000 ਰੁਪਇਆ ਸਾਈ ਪਾ ਕੇ ਮੁੜ ਕੇ ਬਾਅਦ ਲੈਣ ਨਹੀਂ ਆਏ, ਆਏ ਨਹੀਂ, ਹਾਂਜੀ, ਤੇ ਹੁਣ ਵੀਰ ਜੀ ਉਹ ਮੰਨ ਲਓ 1,000 ਘੱਟ ਕਰ ਲਾਂਗੇ। ਓਕੇ, ਗੱਭਣ ਕਿੰਨੇ ਮਹੀਨੇ ਦੱਸੀ? ਗੱਭਣ ਵੀਰ ਜੀ ਉਹ 5 ਜੀ 4.5 ਦੀ ਆਪਣੀ ਗਾਰੰਟੀ, ਉਹ ਅਗਲਾ ਘਰ ਜਾ ਕੇ ਗੱਡੀ ਲਾਉਂਦੇ ਆ ਸਾਰੀ ਚੈੱਕ ਕਰਾ ਲੈ, ਦੁੱਧ ਵੀ 4 ਕਿਲੋ ਹੋਊਗਾ, ਦੁੱਧ ਹੁਣ 4 ਕਿਲੋ, ਹਾਂ 4 ਕਿਲੋ ਹੈ ਜੀ, ਮਿਲਦੀ ਦੋਵੇਂ ਟਾਈਮ ਹੀ ਫਿਰ ਮਿਲਦੀ ਦੋਵੇਂ ਟਾਈਮ ਵੀਰ ਜੀ, ਠੀਕ ਆ ਜੀ, ਹਾਂਜੀ, ਅੱਗੇ ਹੋਊਗੀ ਤੀਜੇ ਲਈ ਗੱਭਣ ਕਿ ਚੌਥੇ ਨਹੀਂ? ਦੂਜੇ ਲਈ ਆਉਂਦੇ ਵੀਰ ਜੀ, ਤੁਸੀਂ ਤੀਜੇ ਲਈ ਮੰਨ ਲਓ, ਤੀਜੇ ਲਈ ਗੱਭਣ, ਉਹ ਹੈ ਦੂਜੇ ਲਈ ਆਉਂਦੇ, ਜਿੱਥੋਂ ਪਲੇ ਤੇ ਤੁਸੀਂ ਤੀਜੇ ਲਈ ਮੰਨ ਲਓ, ਬਾਕੀ ਨਾ ਤਿਆਰ ਹੋਈ ਮੰਨ ਲਓ ਚੰਗੀ ਰੋਤ ਤੇ ਸੁੰਦੀ ਉਹਦੇ ਦੁਗਣੇ ਪੈਸੇ ਕਰ ਜੂਗੀ, ਠੀਕ ਆ ਜੀ, ਲਓ ਕੱਢੋ ਵੀਰ ਕਾਸ਼। ਤੋ ਦੋਸਤੋ ਇਹ ਤੀਜੇ ਸੂਬੇ ਲਈ ਗੱਭਣ ਕੋਈ ਵੀਰ ਮੰਨ ਲਏ 4.5 ਮਹੀਨੇ ਦੀ ਗੱਭਣ ਮੰਨ ਕੇ ਤੇ 4 ਕਿਲੋ ਦੁੱਧ ਦੋਵੇਂ ਟਾਈਮ 4 ਕਿਲੋ ਦੁੱਧ ਦਿੰਦੀ ਹੈ ਦੋਵੇਂ ਡੰਗਾਂ ਦਾ, ਹਾਂਜੀ, ਤੇ ਮਿਲਦੀ ਇਸੇ ਤਰ੍ਹਾਂ ਬਹਿ ਕੇ ਮੇਰਾ ਵੀਰ ਕੋਈ ਜਿੱਦਾਂ ਮਰਜ਼ੀ ਪਸਮਾ ਕੇ ਕੋਈ ਵੰਗਾ ਵੀ ਨਹੀਂ ਪਾਉਣਾ, ਬਾਕੀ ਦੋ ਟਾਈਮ ਚੋਗੇ ਅਗਲੇ ਦਵਾਂ ਜਿੰਨੇ ਲੈਣੀ। ਤੋ ਤੋਕੜ ਗੱਭਣਾ ਬਹੁਤੇ ਵੀਰ ਇਹ ਵੀ ਡਿਮਾਂਡ ਕਰਦੇ ਆ ਵੀ ਚਲੋ ਚਾਹ ਪਾਣੀ ਚੱਲਦਾ ਹੋਣਾ ਚਾਹੀਦਾ, ਨਾਲ ਕੋਈ ਇਹੋ ਜਿਹਾ ਪਸ਼ੂ ਮਿਲ ਜੇ ਤੇ ਨਾਲੇ ਕੋਈ ਅੱਧਾ ਪਜਾਦਾ ਸਮਾਂ ਕੋਈ ਗੱਭਣ ਟਾਈਮ ਪੀਰੀਅਡ ਦਾ ਵੀ ਮਿਲ ਜੇ, ਠੀਕ ਆ ਜੀ, ਤੇ 4.5 ਮਹੀਨੇ ਦੀ ਗੱਭਣ ਤੇ 4 ਕਿਲੋ ਦੁੱਧ ਦੋਨੋਂ ਟਾਈਮਾਂ ਦਾ, ਤੇ ਕੱਦ ਤੁਸੀਂ ਵੇਖ ਸਕਦੇ ਜੇ ਕੱਦ ਵਧੀਆ ਵੱਡੇ ਕੱਦ ਵਿੱਚ ਹੀ ਆਉਂਦੀ ਆ, ਵੇਲ ਬੋਲ ਵੀ ਲੰਬੀ ਆ ਪੂਰੀ ਇਸ ਸਾਈਡ ਦੀ, ਆਹ ਦੇਖੋ ਜੀ। ਤੋ ਮੁੱਲ ਜਿਹੜਾ ਦੋਸਤੋ ਜਿੰਨਾ ਵੀ ਹੋ ਸਕਦਾ ਬਿਲ ਜਾਇਜ਼ ਤੋਂ ਜਾਇਜ਼ ਵੀਰ ਨੇ ਆਪੇ ਕਰ ਹੀ ਦੇਣਾ ਯਾਦ ਨੇ, ਠੀਕ ਆ ਜੀ, ਪਸ਼ੂ ਪਹਿਲਾਂ ਜਿਹੜੇ ਬਿਲਕੁਲ ਜੈਨੂਅਨ ਤੇ ਜਾਇਜ਼ ਰੇਟਾਂ ਦੇ ਉੱਪਰ ਦੇ ਦਿੰਦਾ ਆਜ਼ਾਦ। ਬਾਕੀ ਚੋਣ ਜਾਣ ਦੇ ਵਿੱਚ ਚਾਰੇ ਥਾਂ ਵੀਰ ਜੀ, ਚੋਣ ਜਾਣ ਇੱਕ ਨੰਬਰ ਹੋ ਗਿਆ, ਆਪਾਂ ਜਿੰਨੇ ਲੈਣੀ ਆਪਾਂ ਦੋ ਟਾਈਮ ਵਾਲੇ ਚੋਗੇ ਦੁੱਧ ਮਿਲ ਕੇ ਫੇਰ ਦੇਵਾਂਗੇ, ਕੋਈ ਆਪਾਂ ਨੂੰ ਧੁੜਕੂ ਨਹੀਂਗਾ, ਹਾਂਜੀ, ਤੇ ਲੈ ਦੇ ਕੀ ਅੱਜ ਕਿਤੇ ਵੀਰ ਜੀ, ਅੱਜ 16,000 ਦੀ ਦੇ ਦਾਂਗੇ, ਬਾਕੀ ਵੀਰ ਜੀ ਜਿਹੜੀ ਰੋਤ ਤੇ ਸੁਣਦੀ ਨੇ 2.5 ਗੁਣਾ ਪੈਸੇ ਜੋੜ ਜਾਣੇ ਆਪਦੇ, ਠੀਕ ਆ ਜੀ, ਹਾਂਜੀ ਠੀਕ ਆ ਜੀ, ਹਾਂਜੀ, ਬਾਕੀ ਵੀਰ ਜੀ ਮੰਨ ਲਓ 4.5 ਮਹੀਨੇ ਸਾਹਮਣੀ ਪੈਣੀ, ਮੰਨ ਲਓ ਹੋਊ 5 ਜੀ ਪਰ ਆਪਣੀ ਫਿਰ ਵੀ 4.5 ਦੀ ਗਰੰਟੀ ਹੋਊਗੀ ਅੱਜ ਤੋਂ। ਲਓ ਜੀ 4.5 ਮਹੀਨੇ ਦੀ ਵੀਰਾਂ ਦਾ ਵੀ ਆਪਣੀ ਗਰੰਟੀ ਆ, ਹਾਂਜੀ, ਬੇਸ਼ੱਕ ਮੇਰਾ ਵੀਰ ਕੋਈ ਡਾਕਟਰ ਸਾਹਿਬ ਤੋਂ ਆਪਣੀ ਤਸੱਲੀ ਕਰਵਾ ਕੇ ਫਿਰ ਪੈਸੇ ਦੇ ਦੇ, ਹਾਂਜੀ, ਘਰ ਲੈ ਜੇ ਆਪਣੇ ਤੋਂ ਘਰੇ ਲੈ ਜੇ, ਘਰ ਜਾਂਦੇ ਆਪਣਾ ਡਾਕਟਰ ਸਾਧ ਲੈ ਗੱਡੀ ਲਾਉਂਦੇ ਆ ਸਾਰ ਚੈੱਕ ਕਰਾ ਲੈ, ਹਾਂਜੀ, ਲਓ ਜੀ ਇਹ ਰੇਟ ਦੋਸਤੋ ਤੁਹਾਨੂੰ ਮਿਲ ਜੂਗਾ ਜਿਹੜਾ ਦੱਸ ਦਿੱਤਾ ਜਾਇਜ਼ ਤੇ ਜੈਨੂਅਨ ਰੇਟ ਆ। ਅੱਗੇ ਆਹ ਕੱਟੀ ਆਪਣੇ ਕੋਲ ਜਿਹੜੀ ਇਹ ਵੀਰ ਜੀ ਨੀਲੀ ਦੀ ਕੱਟੀ ਆ, ਤੇ ਆਪਾਂ ਕਿਸੇ ਚੰਗੇ ਘਰੋਂ ਲਈ ਆ, ਅੱਛਾ ਜੀ, ਮੂੰਹ ਤਾਂ ਦੋ ਦੰਦ ਆ, ਅੱਛਾ ਜੀ, ਹਾਂਜੀ, ਵੇਖੋ ਝੋਲੀ ਝਾਲੀ ਬੜੀ ਕੱਟੀ ਨੂੰ, ਜਿਵੇਂ ਗੱਭਣ ਝੋਟੀ ਹੁੰਦੀ, ਮਤਲਬ ਜਦੋਂ ਨੇ ਬਣੀ ਤਾਂ ਕਿੰਨੀ ਬਣੂਗੀ, ਆਹ ਵੇਖੋ ਝੋਲੀ ਕਿੰਨੀ ਕੱਟੀ, ਵਾਹ ਜੀ ਵਾਹ, ਆਹ ਵੇਖੋ, ਆਹ ਵੇਖੋ, ਜਿੱਦਾਂ ਮਤਲਬ 4-5 ਮਹੀਨੇ ਝੋਟੀ ਗੱਭਣ ਹੁੰਦੀ, ਉਨੀ ਝੋਲੀ ਹੋਣ ਤੋਂ ਲਈ ਫਿਰਦੀ ਆ ਜੀ, ਅਜੇ ਮੂੰਹ ਤਾਂ ਦੋ ਦੰਦ ਆ, ਦੁੰਦੀ ਆ ਕੱਟੀ, ਹਾਂਜੀ, ਲਓ ਦੱਸੋ ਥੋੜੀ ਜੀ ਕਿਤੇ ਨਾ ਕਿਤੇ ਗਰੋਥ ਵਿੱਚ ਥੋੜੀ ਜੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਥੋੜਾ ਮਿਹਨਤ ਪੁਆਇੰਟ ਆ, ਹਾਂਜੀ, ਝੋਟੀ ਕੱਟੀ ਬਹੁਤ ਸੋਹਣੀ ਆ, ਦੁੰਦੀ ਕੱਟੀ ਆ, ਬੱਚਾ ਸੋਹਣਾ ਪਾ ਜੂਗੀ, ਬਾਕੀ ਆ ਫੇਸ ਕੁਆਲਿਟੀ ਇਹਦੀ ਸਿੰਗੀ ਸੁੰਗੀ ਬਿਲਕੁਲ ਗੁਲਾਈ ਦੇ ਵਿੱਚ, ਤੇ ਮੱਥੇ ਬਲ ਤੇ ਬੱਗੀ ਮੋਸ਼ ਬੱਗੀ ਨਾਸ ਵੀ ਜਿਹੜੀ ਤੁਹਾਨੂੰ ਦਿਖਾਈ ਦੇ ਰਹੀ ਹੈ, ਚਾਰੇ ਖੁਰ ਧੁੱਪੇ ਆ, ਪੂਛ ਉੱਪਰ ਤੱਕ ਵਾਈਟ ਆ, ਬਾਕੀ ਝੋਲੀ ਵੱਲੋਂ ਬੜੀ ਖਬਰਦਾਰ ਬਣੂਗੀ, ਪਹਿਲਾਂ ਨਹੀਂ ਵੇਖੋ, ਹਾਂ ਵੇਖੋ ਜੀ ਕਰਮ ਵਾਲੀ ਹੈ ਤਾਂ ਐਂ ਵੀ ਜਿਵੇਂ ਗੱਭਣ ਹੁੰਦੀ, ਮਤਲਬ 6 ਮਹੀਨਿਆਂ ਦੀ ਉਦਾਂ ਜੀ, ਤੋ ਬਹੁਤ ਵਧੀਆ ਦੋਸਤੋ ਥਣ ਬਣਾ ਕੇ ਤਿਆਰ ਕਰੂਗੀ, ਪਹਿਲਾਂ ਕੱਟੀ ਝੋਟੀ ਹੈ, ਅੱਜ ਤੋਂ ਤੁਸੀਂ ਵੇਖ ਸਕਦੇ ਜੀ ਇਹ, ਚਲੋ ਹਜੇ ਤਾਂ ਵਜਨ ਆਉਣ ਵਾਲੇ ਸਮੇਂ ਦੇ ਵਿੱਚ, ਹਾਂਜੀ, ਬਾਕੀ ਇਹਨਾਂ ਵੀਰ ਜੀ ਮੰਨ ਲਓ 4-5 ਮਹੀਨੇ ਸਾਹਮਣੇ ਨਾ, ਮੰਨ ਲਓ ਜੇ ਨਾ ਹੀ ਟੀਕਾ ਰਖਾਵੇ ਭਾਵੇਂ ਹੀੜ ਕੱਢੇ ਵੀ, 4-5 ਮਹੀਨੇ ਦੀ ਮੰਨ ਲਓ ਖੁੱਲ੍ਹ ਕੇ ਸੇਵਾ ਕਰ ਲੈਣਾ, ਮੰਨ ਲਓ ਆਉਣ ਵਾਲੇ ਦਿਨਾਂ 'ਚ ਪੂਰੀ ਝੋਟੀ ਬਣੂਗੀ, ਦੇਖੋ ਪਿੱਠ ਪੁੜੇ ਤੋਂ ਕਿੰਨੀ ਮੰਨ ਲਓ ਚੌੜੀ ਚੜੀ, ਇਹਨਾਂ ਸਿਰ ਸੇਵਾ ਤੋਂ ਥੋੜੀ ਮਾਰ ਖਾ ਗਈ ਆ, ਬਿਲਕੁਲ, ਹਾਂਜੀ, ਮੈਂ ਵੀਰ ਕਾਸ਼ ਇਹਨੂੰ ਵੀ ਥੋੜਾ ਜਿਹਾ ਖੁੱਲ੍ਹ ਕੇ ਦਿਖਾਈਏ, ਇੱਥੋਂ ਤੱਕ ਖੋਲ ਲਈ, ਲਓ ਦੱਸੋ ਕੱਟੀ ਇਹ ਵੀ ਚੰਗੀ ਆ, ਤੇ ਹੈ ਲਵੀ ਆ, ਦੋਂਦੀ ਆ, ਮੋਹ ਦੋਂ ਤੇ ਬਰਾਬਰ ਕਰ ਗਈ ਹੈ, ਬਰਾਬਰ ਬਰਾਬਰ ਵੀਰ ਜੀ, ਬਰਾਬਰ ਚੌਕ ਦਾ ਤਾਂ ਨਹੀਂ ਪਟਸਣਾ, ਨਾ 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 ਕੋਈ ਚੌਕ ਨਹੀਂ, ਦੋਂ ਦੇ ਬਰਾਬਰ ਹੋਏ ਗੱਲੇ, ਠੀਕ ਹੈ, ਬਾਕੀ ਬਣੂ ਬੜੀ ਵੀਰ ਜੀ ਜਿੱਦਣ ਝੋਟੀ ਆਉਂਦੇ ਆਪ ਦੇ ਦਿਨਾਂ ਤੇ ਜੀ, ਲਓ ਵੀ ਤੇ ਦੱਸੋ ਪਹਿਲਾਂ ਵੀ ਕੱਟੀਆਂ ਝੋਟੀਆਂ ਵੀਰ ਜਦੋਂ ਲੈਂਦਾ, ਮੈਨੂੰ ਤਾਂ ਨੀਲੀ ਰਵ ਦੀਆਂ ਪਹਿਲਾਂ ਬੜੀਆਂ ਕੱਟੀਆਂ ਵੀਰ ਨੇ ਲਿਆ ਕੇ ਸੇਲ ਕੀਤੀਆਂ ਨੇ, ਤੇ ਬਹੁਤ ਚੰਗੇ ਚੰਗੇ ਖਰੀਦਦਾਰ ਵੀਰਾਂ ਨੇ ਸੌਦਾ ਕੀਤਾ ਇਹਨਾਂ ਦੇ ਨਾਲ, ਆਹ ਕੱਟੀ ਤੁਸੀਂ ਵੇਖ ਸਕਦੇ ਜੇ ਝੋਲੀ, ਅੱਜ ਤੋਂ ਵੇਖੋ ਬਹੁਤ ਸੋਹਣੀ ਝੋਲੀ ਆ, ਤਕਰੀਬਨ ਕੋਈ 2-4 ਮਹੀਨੇ 5 ਮਹੀਨੇ ਸਾਂਭ ਕੇ AI ਦੇ ਬਿਲਕੁਲ ਕਾਬਲ ਹੋ ਜੂਗੀ, ਥੋੜਾ ਵਜਨ ਦੀ ਲੋੜ ਆ ਇਹਨੂੰ।
ਬਾਕੀ ਮਾੜੀ ਝੋਟੀ ਆਪਾਂ ਲੈਣੇ ਨਹੀਂ ਆ। ਲਓ ਵੀ ਦੋਸਤੋ ਠੀਕ ਆ, ਕੱਟੀ ਸਾਰੀ ਚੰਗੀ ਆ, ਬਹੁਤ ਖੂਬਸੂਰਤ ਆ ਜੀ। ਠੀਕ ਹੈ, ਥਾਣ ਤੁਹਾਨੂੰ ਵੇਖੋ ਬਹੁਤ ਸੋਹਣਾ, ਅੱਜ ਤੋਂ ਵੇਖੋ ਤਕਰੀਬਨ ਉਂਗਲ ਉਂਗਲ ਜਿੱਡਾ ਥਾਣ। ਅੱਛਾ ਯਾਦ ਬਾਕੀ ਵੀਰ ਜੀ ਮੰਨ ਲਓ ਹੈ ਚੰਗੇ ਰਿਕਾਰਡ ਵਾਲੀ ਆ, ਚਲੋ ਬਾਕੀ ਜੇ ਵੀਰ ਨੇ ਵੇਖਣੀ ਹੋਵੇ ਆਪਾਂ ਮੰਨ ਲਓ ਉਹਦੀ ਮਦਰ ਵੀ ਦਿਖਾ ਦਾਂਗੇ, ਆਪਾਂ ਲਾਗੋਂ ਬੰਨਿਓ ਲਈ ਆ, ਦੁੱਧ ਚੁੰਗ ਦੀ ਨਿੱਕੀ ਹੁੰਦੀ, ਸਾਰੀ ਮਾਰਕਿੰਗ ਇਹੋ ਹੋਊਗੀ, ਮੰਨ ਲਓ ਦਿਖਾਵਾਂਗੇ ਮੈਂ ਹੋਰ ਕੋਈ ਕੱਟੀ ਮਗਰ ਹੋਰ ਕੋਈ ਹੋਊਗੀ, ਉਹ ਚੱਕਰ ਨਹੀਂ ਵੀਰ, ਇੱਥੇ ਆ ਜੇ ਆਪਾਂ ਨੂੰ ਸਭ ਕੁਝ ਮਤਲਬ ਸਬੂਤ ਕਰਾ ਦਾਂਗੇ ਨਾਲੇ। ਲਓ ਵੀ ਭਰਾਵੋ ਠੀਕ ਆ ਜੀ, ਹਾਂਜੀ। ਸੋ ਮਦਰ ਵੀ ਕਿਸੇ ਵੀਰ ਨੇ ਵੇਖਣੀ, ਇਹਦੀ ਮਦਰ ਵੀ ਤੁਸੀਂ ਵੇਖ ਸਕਦੇ ਜੇ ਨੇੜੇ ਪਾਸੇ ਹੋਈ ਹੈ, ਨੇੜੇ ਜ਼ਿਆਦਾ ਕੋਈ ਦੂਰ ਨਹੀਂ, 29,000 ਦੀ ਮਿਲ ਜੂਗੀ। ਹਾਂਜੀ, ਮੈਨੂੰ ਲੱਗਦਾ ਵੀ ਅੱਜ ਇਹੋ ਜਿਹੀ ਚੀਜ਼ ਖਰੀਦੀ ਤੇ ਸਾਲ ਬਾਅਦ ਇਹਨੇ ਕਰਮਾਣੀ ਨੇ ਕਿੱਥੇ ਲੈ ਜਾਣਾ। ਮੈਂ ਨਾ ਵੀਰ ਜੀ ਮੰਨ ਲਓ ਤਿਗਣੇ ਚੁਗਣੇ ਪੈਸੇ ਹੋਣੇ ਆ, ਠੀਕ ਆ ਜੀ, ਤੇ ਬਾਕੀ ਥੋੜੀ ਜਿਹੀ ਗਰੋਥ ਦੀ ਲੋੜ, ਬਾਕੀ ਵੀਰ ਜੀ ਮੰਨ ਲਓ ਇੱਕ ਤੋੜਾ ਹੁਣ ਹੀਪਰ ਦਾ ਚੜ ਗਿਆ ਨਾ, ਹੀਪਰ ਦਾ ਤੋੜਾ ਚੜਦਿਆਂ ਚੜਦਿਆਂ ਹੀਟ ਚ ਆ ਜਾਣਾ, ਬਾਕੀ ਦਿਨ ਵੀ ਗਾੜੀ ਸੌਣ ਭਾਦਰ ਵਾਲੇ ਆਣੇ ਉਦੋਂ ਬੰਨਾ ਬੰਨਾ ਝੋਟੀ ਬਣ ਜਾਊਗੀ, ਬਣ ਜਾਊਗੀ। ਹਾਂਜੀ, ਅੱਛਾ ਆ ਜਿਹੜੀ ਆਪਣੇ ਕੋਲ ਆ ਖੜੀ ਹੈ ਜੀ, ਇਹ ਵੀਰ ਜੀ ਪੰਜਾਬ ਵਾਲੀ ਜਰਸੀ ਵੱਛੀ ਜੇ, ਮੂੰਹ ਤੋਂ ਦੋ ਦੰਦ ਆ। ਹਾਂਜੀ, ਇਹ ਵੀਰ ਜੀ ਮਤਲਬ ਹੀਟ ਚ ਸਵੇਰੇ ਇੱਕ ਟੀਕਾ ਇਹਨੂੰ ਰਖਾਇਆ ਤੇ ਇੱਕ ਸ਼ਾਮਾਂ ਨੂੰ ਅੱਜ ਰਖਾ ਦੇਣਾ ਹੈ, ਤੇ ਅੱਜ ਇੱਕ ਮਾਰਨਿੰਗ ਰਖਾਤਾ, ਮਾਰਨਿੰਗ ਰਖਾਤਾ ਇੱਕ, ਬਾਕੀ ਇਹ ਮੂੰਹ ਦੰਦੀ ਕਿਵੇਂ ਆ, ਮੂੰਹ ਦੰਦੀ ਦੋਂਦੀ ਆ। ਲਓ ਜੀ ਦੋਂਦੀ ਆ ਦੋਸਤੋ, ਹਾਂਜੀ, ਤੇ AI ਡਨ ਹੋ ਗਈ ਆ, ਡਨ ਹੋ ਗਈ, ਬਾਕੀ ਆਪਣੇ ਤਾਂ ਵੀਰ ਜੀ ਆਪਣੇ ਤਾਂ ਵੀਡੀਓ ਪਈ ਮਤਲਬ ਕੱਲ ਦੀ ਜੀ, ਮਤਲਬ ਜੀ ਤਾਰਾਂ ਕਰਦੀਆਂ ਪੂਰੀਆਂ ਸਾਫ ਤਾਰਾਂ ਹੀ, ਥਣ ਚਾ ਰਹੀ ਆ ਪ੍ਰੋਪਰ, ਥਣ ਚਾ ਰਹੀ ਵੀਰ ਜੀ, ਵੇਖੋ ਮੂੰਹ ਤਾਂ ਪੂਰੀ ਦੋ ਦੰਦ ਆ। ਲਓ ਜੀ ਠੀਕ ਆ, ਹਾਂਜੀ, ਸੋ ਥਣ ਦੋਸਤੋ ਚਾ ਰਹੀ ਆ ਵੱਛੀ ਦੇ, ਤੇ ਵੱਛੀ ਬਹੁਤ ਸੋਹਣੀ ਆ, ਰੰਗ ਵੇਖੋ ਤੁਸੀਂ ਬਿਲਕੁਲ ਜਿਵੇਂ ਆਪਾਂ ਕਹਿ ਲਈਏ ਨਾ ਬਦਾਮੀ ਕਲਰ ਦੇ ਵਿੱਚ, ਰੈੱਡ ਕਲਰ ਬਦਾਮੀ ਕਲਰ, ਤੇ ਬੜੀ ਪਿਆਰੀ ਫੇਸ ਕੁਆਲਿਟੀ ਆ ਵੇਖੋ। AI ਹੋ ਗਈ, ਅੱਜ ਸ਼ਾਮ ਨੂੰ ਪੂਰੀ ਫੇਰ AI ਵੀਰਾਂ ਦਾ ਵੀ ਕਰਵਾਵਾਂਗੇ, ਠੀਕ ਆ ਜੀ, ਡਬਲ ਜਿਹੜੀ ਟੀਕਾਕਰਨ ਡਬਲ AI ਕਰਵਾ ਦਾਂਗੇ, ਇੱਕ ਮਾਰਨਿੰਗ ਇੱਕ ਸ਼ਾਮ ਨੂੰ, ਤੇ 100% ਆ ਵੀ ਜੇਕਰ ਕਿਸੇ ਵੀਰ ਦੀ ਨਿਕਲ ਆਉਂਦੀ ਉਹ ਕਿਸਮਤ ਹੋ, ਕਿਸਮਤ ਆ, ਤੇ ਵੱਛੀ ਸੋਹਣੀ ਆ ਦੋਂਦੀ ਵੱਛੀ, ਬਾਕੀ ਅੱਖ ਉੱਖ ਵੇਖੋ ਕਿੱਡੀ ਮੰਨ ਲਓ ਸ਼ਾਨਦਾਰ ਲੱਗੀ ਆ, ਜਰਸੀ ਵਾਲੀ ਪੂਰੀ ਲੱਗੀ, ਪੰਜਾਬ ਵਾਲੀ ਜਰਸੀ, ਪੂਰੀਆਂ ਤਾਰਾਂ ਤੂਰਾਂ ਦਿੱਤੀਆਂ ਖੋਲ ਕੇ, ਮੈਂ ਨਾ ਵੀਰ ਜੀ ਆਪਣੇ ਤਾਂ ਵੀਡੀਓ ਪਈ ਫੋਨ 'ਚ, ਜਿਹੜੇ ਕਿ ਵੀਰ ਨੇ ਸੌਦਾ ਲੈਣਾ ਨਾ ਆਪਣੇ ਨੂੰ ਲੈਣੀ ਆ, ਉਹ ਆਪਣੇ ਪਹਿਲਾਂ ਵੀਡੀਓ ਦਿਖਾਵਾਂਗੇ, ਤਾਰਾਂ ਹੀ ਸਾਫ ਹੋਈ ਸੀ ਕੱਲ, ਮੰਨ ਲਓ ਚਾਹੇ ਤਰੀਕ ਦਿਨ ਵਾਰ ਸਭ ਕੁਝ ਬੋਲਿਆ ਸੀ, ਤੇ ਫਿਰ ਆਪਾਂ AI ਸਵੇਰੇ ਕਰਾਈ, ਇੱਕ ਸ਼ਾਮ ਨੂੰ ਕਰਾਉਣੀ, ਉਹਦੀ ਵੀਡੀਓ ਅਗਲੇ ਪੂਰੀਆਂ ਸਾਫ ਤਾਰਾਂ ਸੀ, ਸਾਰੀਆਂ ਸਾਫ ਵੀਰ, ਚਿੱਟੀਆਂ ਲਓ ਦੋਸਤੋ, ਟਰਾਂਸਪੇਰੈਂਟ ਤਾਰਾਂ ਸੀ ਬਿਲਕੁਲ, AI ਹੋ ਗਈ ਆ, ਉਮੀਦ ਕਰਦੇ ਆ ਵੀ ਕਿਸੇ ਤਰ੍ਹਾਂ ਦੀ, ਚਲੋ ਕਈ ਵਾਰ ਹੁੰਦਾ ਪਸ਼ੂ ਜਾਲਾ ਜਾਂ ਮਾਰੇ ਜਾਂ ਨਹੀਂ ਟੈਪ ਹੋਵੇ ਤਾਂ ਉਹਦੇ 'ਚ ਇਨਫੈਕਸ਼ਨ, ਫਿਲਹਾਲ ਇਹ ਜਿਹੜੀ ਬੈਡ ਹੋ ਸਕਦਾ ਵੀ ਠਹਿਰ ਵੀ ਜਾਵੇ, ਹਾਂਜੀ, ਤੇ ਉਹ ਕਿਸੇ ਵੀਰ ਦੀ ਕਿਸਮਤ ਆ, ਬਾਕੀ ਵੀਰ ਜੀ ਆਪਾਂ ਮੁੱਲ ਹੀ ਉਹਨਾਂ ਕਰ ਲੈਣਾ ਜੇ ਮੰਨ ਲਓ ਕਿਨੇ, ਮੰਨ ਲਓ ਉਹਨੇ ਦੀ ਕੋਈ ਵਸ਼ੀ ਨਹੀਂ ਦਿੰਦਾ ਜਿੰਨਾ ਆਪਾਂ ਮੁੱਲ ਕਰ ਦੇਣਾ, ਕਿੰਨੇ ਦੇਵਾਂਗੇ ਆਪਾਂ, ਕਿੰਨੇ ਦੀ ਫਿਰ, ਇਹ ਵੀਰ ਜੀ 7,000 ਰੁਪਏ ਦੇ ਦਾਂਗੇ, ਲੈ ਹਾਂਜੀ ਵੀ ਐਸ਼ ਕਰੇ ਕੋਈ ਲੈ ਜੇ, ਮੈਂ ਨਾ ਵੀਰ ਜੀ ਮੈਂ ਨਾ ਵੀਰ ਜੀ ਨਿਕਲਾ ਵਿੱਚ ਨਾ ਨਿਕਲੋ ਗੱਲ ਵੱਖਰੀ, ਬਾਕੀ ਹੁਣ 500 ਰੁਪਏ ਦੇ ਟੀਕਾ ਦੋ ਦਾ ਯਾਰ ਮਰਨੇ ਜੇ ਭਰਾਏ ਆ, ਜਰਸੀ ਵਾਲੇ ਭਰਾਏ ਪੰਜਾਬ ਵਾਲੀ, ਉਹ ਆਪਾਂ ਅਗਲੇ ਨੂੰ ਜਦੋਂ ਮੰਨ ਲਓ ਟੀਕਾ ਭਰਾਉਣ ਲੱਗੇ ਨਾ ਤੇ ਉਹਦਾ ਛਿੱਕਾ ਸਾਰਾ ਵੀਡੀਓ ਹੋਈ ਉਹ ਵੀ ਸਾਰੀ ਦਿਖਾ ਦਾਂਗੇ, ਠੀਕ ਆ ਜੀ। ਆਪਣੇ ਵੀਰ ਜੀ ਡੰਗਰ ਜ਼ਿਆਦਾ ਕਰਕੇ ਉਹਦਾ ਮੰਨ ਲਓ ਰੱਖਣ ਵਾਲੀ ਵੱਛੀ ਘਰੇ, ਮੰਨ ਲਓ ਜਿੰਨੇ ਮੰਨ ਲਓ ਏਡੀ ਸਾਂਭੀ ਦੋਂਦੀ ਕਰਕੇ ਉਹਨੇ ਮੰਨ ਲਓ ਦੁੱਧ ਦਾ ਅਕਸਰ ਪਿਆ ਹੋਊਗਾ, ਮੁੱਲ ਵੀ ਨਹੀਂ ਮੁੜਿਆ ਹੋਣਾ, ਚਲੋ ਕੋਈ 1,000-1,500 ਆਪਾਂ ਵੀ ਲਿਆ ਦੇ, ਉਹਨੇ ਮੰਨ ਲਓ ਕੀ ਖੱਟਿਆ ਹੋਊਗਾ ਇਹ 'ਚ, ਬਿਲਕੁਲ ਬਿਲਕੁਲ। ਲਓ ਦੋਸਤੋ 7,000 ਦੀ ਤੁਹਾਨੂੰ ਵੱਛੀ ਮਿਲ ਜੂਗੀ, ਬੜੀ ਪਿਆਰੀ ਵੱਛੀ ਆ, ਠੀਕ ਆ ਜੀ। ਹਾਂਜੀ, ਮੇਰਾ ਵੀਰ ਜਿਹਨੂੰ ਪਰਖਾ ਜਾਂ ਸਾਫ਼ ਸੰਭਾਲ ਕਰ ਸਕਦਾ ਲੈ ਜਿਓ, ਹਾਂਜੀ ਠੀਕ ਆ ਜੀ, ਅੱਗੇ ਕਿਸਮਤ ਆ ਗਿਆ ਜਦ ਮੁਕੱਦਰ ਨੇ, ਹਾਂਜੀ, ਜੇ ਕਿਸੇ ਵੀਰ ਦੇ ਨਿਕਲ ਆਉਂਦੀ ਆ AI, ਇੱਕ ਹੋ ਗਈ ਆ, ਇੱਕ ਹੋ ਗਈ ਆ, ਫਿਰ ਕਰਵਾ ਦੇਣੀ ਆ ਸ਼ਾਮ ਨੂੰ, ਠੀਕ ਆ, ਤੇ ਆਹ ਦੇਖੋ, ਇੱਕ ਵਾਰੀ ਖੋਲ ਕੇ ਆਪਾਂ ਇਹ ਵੀ ਤੋੜ ਕੇ ਦਿਖਾ ਦਿੰਦੇ ਆ, ਠੀਕ ਆ ਜੀ। ਹਾਂ, ਤੇ ਇਹ ਅੱਜ ਜਿਹੜੇ ਦੋਸਤੋ ਐਨੀਮਲ ਆਪਾਂ ਤੁਹਾਨੂੰ ਦਿਖਾ ਰਹੇ ਆ, ਇਹ ਬਕਾਊ ਆ ਸਾਰੇ, ਠੀਕ ਆ ਜੀ, ਰੇਟ ਪੜਤਾ ਪੂਰੀ ਇਨਫੋਰਮੇਸ਼ਨ ਤੁਹਾਨੂੰ ਨਾਲ ਦੀ ਨਾਲ ਹੀ ਦਿੱਤੀ ਜਾ ਰਹੇ ਆ ਆਪਾਂ, ਆਹ ਦੇਖੋ, ਕਾਲੀ ਕੁਲੀ ਜੀ ਨਹੀਂ ਪੈਂਦੀ ਹੈ ਨਾ।
ਲਓ ਵੀ ਠੀਕ ਆ। ਸੋ ਅੱਛੀ ਦੋਸਤੋ ਚੰਗੀ ਆ, ਅੱਜ 7000 ਦੀ ਆ, ਜਦੋਂ ਕਿਤੇ ਕਰਮਾਲੀ ਪੂਰੀ ਟੁੱਕੀ ਹੋਈ ਤੇ ਇੱਕ ਜੀਰੋ ਹੋਰ ਨਾਲ ਲੱਗ ਜਾਣੀ। ਹਾਂਜੀ, ਬਾਕੀ ਇਹੋ ਬੱਚੀ ਵੀਰ ਜੀ, ਕਿਤੇ ਮੰਨ ਲਓ ਤੁਹਾਡੇ ਏਰੀਆ ਵਾਲੋ ਵੇਣਾ ਹਰੀਕਿਆਂ ਤੋਂ ਪਾਰ ਹੋਏ, ਕਿਹਨੇ 15-20 ਤੋਂ ਘੱਟ ਦੇਣੀ ਨੀਗੀ। ਹਾਂ ਸਹੀ ਆ, ਮੁੱਲ ਆ ਜੀ, ਮੁੱਲ ਆ ਜੀ। ਬਾਕੀ ਚਲੋ ਵੀਰ ਜੀ, ਮੰਨ ਲਓ ਜਿੰਨੇ ਮੰਨ ਲਓ ਪਿੰਡੇ ਪਿੰਡਾਂ ਪੁੰਡਾਂ ਮਿਲ ਜਾਂਦੀ, ਬਾਕੀ ਜਿੰਨੇ ਮੰਨ ਲਓ ਸਾਂਭੀ, ਮੰਨ ਲਓ ਉਹਨੇ ਕੀ ਖੱਟਿਆ ਹੋ ਗਿਆ ਉਹਨੂੰ ਦੁੱਧ ਪਿਆ ਕੇ, ਮੰਨ ਲਓ ਸਹੀ ਆ, ਦੋ ਹੁੰਦੀ ਆ, ਮੰਨ ਲਓ 2 ਸਾਲ ਦੇ ਅਗਲੇ ਨੇ ਸਾਂਭੀ, ਉਹਦੇ ਬੰਨਣ ਖੁੱਲਣ ਦਾ ਟਾਈਮ, ਮੰਨ ਲਓ ਪੈਸੇ ਵੀ ਨੀ ਉਹਨੂੰ ਮਿਲੇ। ਹਾਂਜੀ ਹਾਂਜੀ, ਬਹੁਤ ਵਧੀਆ ਜੀ। ਲਓ ਵੀ ਭਰਾਵੋ, ਠੀਕ ਆ, ਇਹ 7000 ਦੀ ਮਿਲ ਜੂਗੀ ਤੇ ਆਜ਼ਾਦ ਨੰਬਰ ਇੱਕ ਵਾਰੀ ਬੋਲੀ, ਨੰਬਰ ਵੀ ਜੀ 97799-1451। ਠੀਕ ਆ ਜੀ, ਲਓ ਵੀ ਭਰਾਵੋ ਇਹ ਨੰਬਰ ਨੇ, ਨੰਬਰਾਂ ਤੇ ਤੁਸੀਂ ਕਾਲ ਕਰਕੇ ਗੱਲਬਾਤ ਕਰ ਲਿਓ ਸੌਦੇ ਬਾਰੇ, ਠੀਕ ਆ। ਪਸ਼ੂ ਆਉਂਦੇ ਰਹਿੰਦੇ ਆ, ਇਹ ਫਿਲਹਾਲ ਦੋਸਤੋ ਪਸ਼ੂ ਵਿਕਣਗੇ ਨਵੇਂ ਫਿਰ ਇਸ ਕਿੱਲੇ ਤੇ ਆ ਜਾਣਗੇ, ਤੇ ਇਸੇ ਤਰ੍ਹਾਂ ਤੁਸੀਂ ਸੰਪਰਕ ਬਣਾ ਕੇ ਰੱਖ ਲਿਓ, ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਉਹ ਲੈਂਦੇ ਰਿਹਾ ਕਰੋ। ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ।